ਉਹੀ ਲੰਗਰ ਹਾਲ ਦਾ ਟੈਂਟ ਲਾ ਕੇ ਚੁੱਕਿਆ ਫੁੱਲ ਮੁਕੰਮਲ ਹੈ ਵਾਕਾ ਉੱਤੇ ਕਈ ਵਾਰੀ ਵੱਜੀ ਜਾਂਦਾ ਜੀ ਤੇ ਉਧਰ ਆਪਣੇ ਆ ਗਿਆ ਹਾਲ ਦੇ ਟੈਂਟ ਦੀ ਤਿਆਰੀ ਹੈ ਦਵਾਨ ਹਾਲ ਦਾ ਟੈਂਟ ਉੱਤੇ ਲੱਗੇ ਪਏ ਜੁਰਾਂ ਸ਼ੁਰਾਂ ਨਾਲ ਹਾਂਜੀ ਲਾਈ ਜਾਂਦੇ ਉਧਰ ਨਾਲ ਨਾਲ ਹਾਂ ਆ ਲਾਈ ਜਾਂਦੇ ਨਾ ਗੇਟ ਆ ਗਿਆ ਤਾਂ ਗੱਲ ਸੁਣ ਲਓ ਬਾਈ ਓ ਬੰਗਾਲੀ ਟੈਂਟ ਵਾਜਦਾ ਬੰਗਾਲੀ ਟੈਂਟ ਇਹ ਆ ਗਿਆ ਜੀ ਬੰਗਾਲੀ ਟੈਂਟ ਸਟੇਜ ਵਾਲੀ ਜਗ੍ਹਾ ਆ ਗਈ ਜੀ ਇਹ ਇਹਦੇ ਨੀਚੇ ਇੱਥੇ ਆਊਗੀ ਪਾਲਕੀ ਸਾਹਿਬ ਇੱਧਰ ਪਾਲਕੀ ਸਾਹਿਬ ਆ ਕੇ ਇੱਧਰ ਆਪਣੇ ਬਾਬਾ ਜੀ ਜਿਹੜੇ ਬੈਠਣਗੇ ਕੀਰਤਨ ਵਾਸਤੇ ਉਹ ਆ ਗਏ ਠੀਕ ਹੈ ਇੱਧਰ ਕੀਰਤਨ ਵਾਲੇ ਬਾਬਾ ਜੀ ਬੈਠਣਗੇ ਖੱਬੇ ਪਾਸੇ ਤੇ ਇੱਧਰ ਆ ਕੇ ਸਾਰਾ ਪੰਡਾਲ ਲੰਗਰ ਹਾਲ ਆਪਣਾ ਠੀਕ ਹੈ ਉਹਦੇ ਬੈਕ ਸਾਈਡ ਲੰਗਰ ਪਕਾਉਣਗੇ ਤੇ ਬਣਾਉਣਗੇ ਜੀ ਉਹ ਪਰਲੇ ਪਾਸੇ ਆ ਗਿਆ ਆਪਣਾ ਜੁੜਾ ਘਰ ਤੇ ਇੱਧਰ ਜਿਹੜੀ ਸਾਈਡ ਤੇ ਜਗ੍ਹਾ ਪਈ ਹੈ ਇੱਧਰ ਆ ਗਈ ਆਪਣੀ ਪਾਰਕਿੰਗ ਇੱਧਰਲੇ ਪਾਸੇ ਤੇ ਇੱਧਰ ਬੈਕ ਸਾਈਡ ਤੇ ਵੀ ਇੱਧਰ ਹੈਗੀ ਹੈ ਪਾਰਕਿੰਗ ਜੀ ਇੱਧਰਲੇ ਉੱਥੇ ਆਪਣਾ ਆ ਜੂਗਾ ਜੋੜਾ ਘਰ ਤੇ ਇੱਧਰ ਆ ਗਿਆ ਲੰਗਰ ਹਾਲ ਇਹ ਆਪਣਾ ਰਿਕਸ਼ੇ ਵਾਲਾ ਹੈਗਾ ਜੀ ਪ੍ਰਚਾਰ ਕਰਨ ਵਾਲਾ ਆਹ ਬੰਦਾ ਇਸੇ ਬਣ ਮਾਰ ਰਿਹਾ ਹੈਗਾ ਪ੍ਰਚਾਰਕ ਸਾਡਾ ਪ੍ਰਚਾਰਕ ਸਿਰ ਤਰ ਮਾਲ ਬੰਨ ਕੇ ਰੱਖਿਆ ਹੱਲ ਬਣਾ ਕੇ ਅਕਤੂਬਰ ਕੱਲ ਵੀ ਹੁਣੇ ਐਤਵਾਰ ਸੋਮਵਾਰ ਤੇ ਮੰਗਲਵਾਰ ਨੂੰ ਗੁਰਦੁਆਰਾ ਸਤਸੰਗ ਨਾਨਕਪੁਰੀ ਮੰਡੀ ਡੱਬਵਾਲੀ ਸਿਰਸਾ ਮੇਨ ਰੋਡ ਪਿੰਡ ਡੱਬਵਾਲੀ ਵਿਖੇ ਬੜੇ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ ਇਹਨਾਂ ਸਮਾਗਮਾਂ ਦੇ ਵਿੱਚ ਸੰਤ ਬਾਬਾ ਜੀਵਨ ਸਿੰਘ ਜੀ ਬਗੀਚੀ ਵਾਲੇ ਬੀਬੀ ਮਲਕੀਤ ਕੌਰ ਜੀ ਖਾਲਸਾ ਹਨੂੰਮਾਨਗੜ੍ਹ ਵਾਲੇ ਅਤੇ ਭੈਣ ਗਗਨਦੀਪ ਕੌਰ ਖਾਲਸਾ ਪਿੰਡ ਅਮਿਤੀ ਇੱਕ ਸੇਵਾ ਦਾ ਚੱਕ ਲਓ ਚੁੰਟੇ ਚਗਲੇ ਵੇਲਨੇ ਚਗਲੇ ਕਰਿਓ ਉਨੀ ਵੇਲਨੇ ਕਰਿਓ ਦੇਖ ਕੇ ਮਾੜੇ ਸਾਫ਼ ਧਰ ਲਈ ਗੁਰਦੁਆਰਾ ਚਸ਼ਮਾ ਸਰ ਤੋਂ ਜੀ ਭਾਂਡੇ ਲਿਜਾਂਦੇ ਹੋਏ ਜੀ ਸੇਵਾਦਾਰ ਲੱਕੜ ਦੇ ਪੱਥਰ ਵਾਲੇ ਨੂੰ ਵੀ ਕੀ ਹੁੰਦਾ ਹੁੰਦਾ ਵਿੱਚ ਟਿਕੇ ਆਣਗੇ ਦੇਖਦੇ ਵਿੱਚ ਧਰ ਲਾਂਗੇ ਆਹ ਸੇਵਾਦਾਰ ਆਏ ਸੀ ਜੀ ਦੀਵਾਨ ਹਾਲ ਤੋਂ ਜਿੱਥੇ ਆਪਣੇ ਦੀਵਾਨ ਲੱਗਣੇ ਉੱਥੋਂ ਆਏ ਸੀ ਜੀ ਅਤੇ ਟਰੈਕਟਰ ਲੈ ਕੇ ਆਏ ਸੀ ਵੀਰ ਜੀ ਆਹ ਪੁਰਜਾ ਜਿਹਾ ਚੱਕਣ ਵਾਸਤੇ ਇਹ ਮੇਰੇ ਖਿਆਲ ਨਾਲ ਜਾ ਤਾਂ ਇਹ ਮੋਟਰਸਾਈਕਲ ਅਤੇ ਸਕੂਟਰੀ 'ਤੇ ਵੀ ਵੜਨਾ ਸੀ ਹੈ ਨਾ ਓਟ ਲਗਿਆ ਉਹ ਓਟ ਲਗਿਆ ਉਹ ਸਟੇਜ ਤਿਆਰ ਹੋ ਰਿਹਾ ਜੀ ਆਪਣੇ ਬੀਬੀਆਂ ਪਹੁੰਚ ਚੁੱਕੀਆਂ ਲੰਗਰ ਤਿਆਰ ਹੋ ਰਿਹਾ ਲੰਗਰ ਇੱਧਰ ਸੇਵਾਦਾਰ ਲੰਗਰ ਛੱਕ ਕੇ ਹਟਿਆ ਤੇ ਆ ਬਾਈ ਦੀ ਬੇਨਤੀ ਸੁਣੋ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਪ੍ਰਵਾਨ ਕਰਨ ਲਈ ਸੇਵਕਾਂ ਨੂੰ ਵੱਧ ਤੋਂ ਵੱਧ ਸੇਵਾਦਾਰਾਂ ਨੂੰ ਬੇਨਤੀ ਕਰੀ ਜਾਂਦੀ ਹੈ ਜੀ ਜੋ ਕਿ ਤੁਹਾਨੂੰ ਪਤਾ ਹੀ ਆਪਣੇ ਬਹੁਤ ਵੱਡਾ ਸਮਾਗਮ ਹੋ ਰਿਹਾ ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੇਵਾਦਾਰ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਠੀਕ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਸੇਵਾਦਾਰਾਂ ਦੀ ਲੋੜ ਆ ਜੀ ਸੇਵਾਦਾਰ ਪਹੁੰਚੋ ਵੱਧ ਤੋਂ ਵੱਧ ਆਪਣੇ ਵੀਰੇ ਅਨਾਥ ਆਸ਼ਰਮ ਚੋਂ ਬੋਲਦੇ ਹਾਂ ਜੀ ਅਸੀਂ ਡੱਬ ਵਾਲੀ ਪਿੰਡ ਤੋਂ ਬੋਲਦੇ ਹਾਂ ਜੀ ਡੱਬ ਵਾਲੀ ਪਿੰਡ ਤੋਂ ਆਪਣੇ ਇੱਥੇ ਦੀਵਾਨ ਚੱਲ ਰਹੇ ਜੀ ਡੱਬ ਵਾਲੀ ਪਿੰਡ ਇੱਥੇ ਜੋਗੇ ਵਾਲੇ ਰੋਡ ਕੋਲ ਸਾਡੇ ਕੋਲ ਪ੍ਰਸ਼ਾਦਾ ਅਤੇ ਦਾਲਾਂ ਬਚਿਆ ਜੀ ਤੋ ਆਪਣੇ ਕੋਲ ਸਾਧਨ ਹੈ ਕੋਈ ਜੇ ਤੁਸੀਂ ਭੇਜ ਦਿਓ ਜੀ ਸਾਡੇ ਕੋਲ ਹੁਣ ਅਸੀਂ ਨਾ ਦੋ ਹੀ ਬੰਦੇ ਹਾਂ ਇੱਥੇ ਅਤੇ ਇੱਕ ਤਾਂ ਦੇਗਾ ਭੇਜ ਦਿਓ ਦਾਲ ਵਾਸਤੇ ਅਤੇ ਇੱਕ ਪ੍ਰਸ਼ਾਦਿਆਂ ਵਾਸਤੇ ਕੋਈ ਟੋਕਰਾ ਭੇਜ ਦਿਓ ਜੀ
ਹੁਣੇ ਹੀ ਭੇਜ ਦੋ ਸਾਡੇ ਨਾਲ ਕੰਟੈਕਟ ਕਰ ਲੈਣਗੇ ਜੀ ਇਸ ਤੇ ਹਾਂਜੀ ਆ ਜਿਹੜਾ ਡੱਬ ਵਾਲੀ ਪਿੰਡ ਆਪਾਂ ਗੁਰਦੁਆਰੇ ਤੋਂ ਪਹਿਲਾਂ ਹੀ ਗੁਰਦੁਆਰੇ ਤੋਂ ਉਰੇ ਹੀ ਆ ਜੀ ਇੱਥੇ ਫਰੈਕਸਾਂ ਲੱਗੀਆਂ ਪਈਆਂ ਦੋ ਜੀ ਟੈਂਟ ਵੀ ਲੱਗਿਆ ਹੋਇਆ ਟੈਂਟ ਲੱਗਿਆ ਸ਼ਰਮਾ ਢਾਬਾ ਮਸ਼ਹੂਰ ਹੈ ਪਿੰਡ ਦੇ ਵਿੱਚ ਆ ਸ਼ਰਮਾ ਢਾਬਾ ਨਹੀਂਗਾ ਦੇਸੂ ਵਾਲਿਆਂ ਦਾ ਸਿਰਸਾ ਮੇਨ ਰੋਡ ਤੇ ਹੈ ਵੀਰੇ ਮੇਨ ਰੋਡ ਤੇ ਜੋਗੇ ਵਾਲੀਆਂ ਕੈਂਚੀਆਂ ਜਿਹੜੀਆਂ ਆਉਣਗੀਆਂ ਉਹ ਟੱਪ ਕੇ ਉਦੋਂ ਅੱਗੇ ਵੀਰੇ ਤੁਹਾਨੂੰ ਟੈਂਟ ਲੱਗਿਆ ਮਿਲ ਜੂਗਾ ਮੇਨ ਰੋਡ ਦੇ ਉੱਤੇ ਜਿਹੜੇ ਹੱਥ ਆਉਂਗੇ ਤੁਸੀਂ ਉਸੇ ਹੱਥੀ ਹਾਂਜੀ 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 ਡੱਬ ਵਾਲੀ ਪਿੰਡ ਜਿਹੜੀ ਰਾਣੀ ਵਾਲੀ ਕਾ ਰੋਡ ਜਾਂਦੀ ਆ ਉਦੋਂ ਪਹਿਲਾਂ ਹੀ ਆਪਣੇ ਫਲੈਕਸਾਂ ਲੱਗੀਆਂ ਪਈਆਂ ਵੀਰੇ ਟੈਂਟ ਲੱਗਿਆ ਪਿਆ ਹੈਗਾ ਜਿਹੜੇ ਢਾਬੇ ਨੇ ਗੇ ਵੈਸ਼ਨੂੰ ਢਾਬੇ ਦੇ ਹੈਗੇ ਦੋ ਤਿੰਨ ਇੱਥੇ ਟਰੱਕ ਵਗੈਰਾ ਵਾਹਵਾ ਰੁਕਦੇ ਆ ਕੈਂਚੀਆਂ ਤੋਂ ਅੱਗੇ ਉਹਦੇ ਨਾਲ ਹੀ ਆ ਬੈਕ ਸਾਈਡ ਨਾਲ ਹੀ ਆ ਜੀ ਬਾਕੀ ਫੋਨ ਕਰ ਲਿਓ ਇਸ ਨੰਬਰ ਤੇ ਆ ਜਾਓ ਇਸ ਤੇ ਫੋਨ ਕਰ ਲਿਓ ਜੀ ਚੱਲ ਕਿਸੇ ਦੇ ਮੂੰਹ ਚ ਪੈ ਜੂ ਆਹ ਦਾਲਾ ਕੁਛ ਤਾਂ ਆਪਾਂ ਨੂੰ ਕੰਮ ਦੇਊਗਾ ਇੱਕ ਨੰਬਰ ਪਿਆ ਰੋ ਪ੍ਰਸ਼ਾਦੇ ਵੀ ਗਰਮ ਪਏ ਦੇ ਹੋਰ ਆਪਾਂ ਬਣਾਈ ਆਥਨੇ ਆ ਆਥਨੇ ਤਾਂ ਤਿਆਰ ਕੀਤੇ ਸੇਵਾਦਾਰ ਸੇਵਾ ਕਰਦੇ ਹੋ ਜੀ ਆ ਗਿਆ ਜੀ ਲੰਗਰ ਹਾਲ ਇੱਧਰ ਲੰਗਰ ਹਾਲ ਪੰਡਾਲ ਆ ਗਿਆ ਜੀ ਉੱਧਰ ਲੰਗਰ ਤਿਆਰ ਹੁੰਦਾ ਇੱਧਰ ਆ ਗਏ ਦੀਵਾਨ ਹਾਲ ਆਪਣਾ ਇੱਧਰ ਆ ਗਏ ਜੋੜਾ ਘਰ ਉੱਧਰ ਪਾਰਕਿੰਗ ਆ ਗਈ ਇੱਧਰ ਦੀਵਾਨ ਹਾਲ ਆ ਗਿਆ ਜੀ ਆ ਗਿਆ ਬਈ ਹਾਂਜੀ ਲੈ
इधर जोड़ा घर से जी अज दूजा तीजा दिन है जी अज दवाना का सवेर का टाइम है जी ये जोड़ा इकट्ठा ब्लॉग है दो तीन दिन का कुछ कुछ क्लिपा है जो साझे करा बाकी जो सारा दवान से आप लाइव चलाता से जी लाइव तुम देख सकते हो अपने यूट्यूब चैनल के उत्ते जिदा कि शॉर्ट्स आता फिर वीडियोस आदि उस तो अगर लाइव का ऑप्शन होंगे जी और थोड़ा अपन लाइव वाली सारिया वीडियो मिल जाएगा पोस्ट भी कीतिया हो गई जी और जाके भी देख सकते हो तुम तो यूट्यूब चैनल बराड़ जी फैमिली ब्लॉग के उत्ते तीन दिन का जोड़ा लाइव दवान प्रोग्राम है जी वो थोड़ा देखने को मिल जाए बाबा जी की रहायश अपने घर से सेवा का अपना मौका मिले जी तो संगत मिलना यो ही है बाबा जी को मैं सुनो थोड़ा उपर चल गए मेरी भैन जी बाबे चले जी साढ़े बारह का हो गया टाइम अभी तो टैक्सी के घरों चाह पीने एक दो बजे तुरना।